ਸ਼ਰਧਾ ਭਾਵਨਾ ਨਾਲ ਇਲਾਕਾ ਨਿਵਾਸੀ ਸਮੂਹ ਸੈਟੀਆਂ ਅਤੇ ਦੂਰ ਦਰੇਡਿਓਂ ਆਏ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 460ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਚਾਅ ਨਾਲ ਮਨਾ ਰਹੀਆਂ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਸ ਗੁਰਪੁਰਬ ਦੀਆਂ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਘਰ ਦੇ ਮੁੱਖ ਸੇਵਾਦਾਰ ਨਾਂ ਦੇ ਹੋਣ ਉੱਤੇ ਲੱਖ ਲੱਖ ਵਧਾਈਆਂ ਵੀ ਦਿੰਦਾ ਵਾਂ ਅਤੇ ਇੱਕ ਮੈਂ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਵੀ ਕਰਦਾ ਵਾਂ। ਐਡੇ ਐਡੇ ਵੱਡੇ ਪ੍ਰੋਗਰਾਮ ਸਿੱਖ ਸੰਗਤ ਹੀ ਮਨਾਉਂਦੀ ਆ। ਸੱਚਖੰਡ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸੁਸਾਇਟੀਆਂ ਅਤੇ ਸਿੱਖ ਸੰਗਤ ਪਿੰਡਾਂ ਦੀ ਹੋਈ ਇਲਾਕਾ ਨਿਵਾਸੀ ਹੋਈ ਮਨਾਉਂਦੀਆਂ। ਇੱਕ ਜ਼ਰੂਰ ਮੈਸੇਜ ਦੇਣਾ ਚਾਹੀਦਾ ਵਾ, ਸਾਡੇ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ, ਗੁਰੂ ਵਾਲੇ ਬਣਨ। ਇਹ ਮੇਰੀ ਹੱਥ ਜੋੜ ਕਰਕੇ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸ਼੍ਰੀ ਤਰਨ ਤਾਰਨ ਸਾਹਿਬ ਦੇ ਰਚਨਹਾਰ, ਜਿਨ੍ਹਾਂ ਦਾ ਕਿ 460ਵਾਂ ਪ੍ਰਕਾਸ਼ ਪੁਰਬ ਔਰ ਤੇਗ ਬਹਾਦਰ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਿਮਰੀ ਹੈ ਘਰ ਨੌਣੇ ਦਾ ਆਵੇ ਤਾਂ ਇਹ ਐਸੇ ਦੀਨਦਿਆਲ ਸਤਿਗੁਰ ਸੱਜੇ ਪਾਤਸ਼ਾਹ ਦੋਹਾਂ ਪਾਤਸ਼ਾਹਾਂ ਦਾ ਪ੍ਰਕਾਸ਼ ਪੁਰਬ ਜੋ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਤ ਰਵਿੰਦਰ ਸਿੰਘ ਜੀ ਮਾਣੂਚਾਲ ਅਤੇ ਸਮੁੱਚਾ ਸਟਾਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਲਾਕੇ ਦੀਆਂ ਬਹੁਤ ਹੀ ਉਤਸ਼ਾਹ ਵਾਲੀਆਂ ਸੰਗਤਾਂ ਦੁਆਰਾ ਬਹੁਤ ਹੀ ਵੱਡੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਲਗਾਤਾਰ 5 ਤਰੀਕ ਤੋਂ ਨਿਰੰਤਰ ਚੱਲ ਰਹੇ ਹਨ। ਅੱਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਹਨ ਗੁਰੂ ਸਾਹਿਬ ਦੇ ਦਰ 'ਤੇ ਨਤਮਸਤਕ ਹੋ ਰਹੀਆਂ ਹਨ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅਨੇਕਾਂ ਪੰਥ ਪ੍ਰਸਿੱਧ ਜਥੇ ਜੋ ਹਨ ਇਸ ਦੇ ਵਿੱਚ ਹਾਜ਼ਰੀ ਲਵਾ ਰਹੇ ਹਨ, ਕਥਾਵਾਚਕ ਹਾਜ਼ਰੀ ਲਵਾ ਰਹੇ ਹਨ। ਔਰ ਅੱਜ ਇਸ ਤੋਂ ਬਾਅਦ ਸਾਡੇ ਕੋਲ ਸਮਾਪਤੀ ਸਮੇਂ ਦੇ ਫੁੱਲਾਂ ਦੀ ਵਰਖਾ ਹੋਵੇਗੀ, ਅਲੌਕਿਕ ਆਸਪਾਈ ਦਾ ਨਜ਼ਾਰਾ ਦੇਖਣ ਯੋਗ ਹੋਵੇਗਾ, ਅਦੁੱਤੀ ਦੀਪਮਾਲਾ ਜੋ ਕਿ ਹੋ ਰਹੀ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਮੁਤਾਬਕ ਬਹੁਤ ਵਧੀਆ ਡੈਕੋਰੇਸ਼ਨ ਆਸੇ ਪਾਸੇ ਜੋ ਸਜਾਇਆ ਗਿਆ ਹੈ। ਸੰਗਤਾਂ ਦੀ ਆਮਦ ਲਈ ਪੂਰਨ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ, LED ਸਕਰੀਨਾਂ ਲਗਾਈਆਂ ਗਈਆਂ ਹਨ ਔਰ ਇਸ ਦਾ ਜੋ ਸਿੱਧਾ ਪ੍ਰਸਾਰਣ ਹੈ ਉਹ ਸਿੱਖੀਜ਼ਮ ਲਾਈਵ ਚੈਨਲ ਤੋਂ ਵੀ ਹੋ ਰਿਹਾ ਹੈ। ਅਸੀਂ ਸਮੁੱਚੇ ਜਿੰਨੇ ਵੀ ਗੁਰੂ ਨਾਨਕ ਨਾਮ ਸੇਵਾ ਸੰਗਤਾਂ ਹਨ ਸਮੁੱਚੇ ਤੌਰ 'ਤੇ ਸਮੁੱਚੇ ਜਗਤ ਨੂੰ ਸਮੁੱਚੇ ਸੰਸਾਰ ਦੇ ਵਿੱਚ ਲੱਖ ਲੱਖ ਵਾਰ ਵਧਾਈਆਂ ਦਿੰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ ਕਿ ਆਓ ਗੁਰੂ ਸਾਹਿਬ ਦੇ ਚਲਾਏ ਹੋਏ ਪੂਰਨਿਆਂ 'ਤੇ ਚੱਲੀਏ ਅਤੇ ਉਹਨਾਂ ਵੱਲ ਦੱਸੇ ਮਾਰਗਾਂ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਮੈਂ ਖਾਸ ਤੌਰ 'ਤੇ ਉਹਨਾਂ ਪਤਿਤ ਹੋ ਚੁੱਕੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਆਓ ਆਪਣੀ ਵਿਰਾਸਤ ਨਾਲ ਜੁੜੀਏ। ਜਿਹੜੇ ਬੱਚੇ ਕੁਝ ਗਲਤ ਰਸਤੇ 'ਤੇ ਪੈ ਕੇ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਜੋ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਾਂ ਆਪਣੇ ਜੀਵਨ ਨੂੰ ਹੋਰ ਸਾਫ਼ ਸੁਥਰਾ ਬਣਾ ਸਕੀਏ। ਬੱਚੇ ਜੋ ਪੜ੍ਹਾਈ ਕਰਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਐਜੂਕੇਸ਼ਨ ਜਿਹੜੀ ਹੈ ਵਿੱਦਿਆ ਦਾ ਜਿਹੜਾ ਉਹ ਗ੍ਰਹਿਣ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਕੌਮ ਦਾ ਨਾਂ ਫਖਰ ਦੇ ਨਾਲ ਸਾਰੇ ਸਮੁੱਚੇ ਸੰਸਾਰ ਵਿੱਚ ਉੱਚਾ ਕਰ ਸਕੀਏ। ਮੈਂ ਜਿੰਨੇ ਵੀ ਸਾਡਾ ਮੀਡੀਆ ਹੈ ਭਾਵੇਂ ਕਿ ਉਹ ਪ੍ਰੈਸ ਪ੍ਰਿੰਟਡ ਹੈ ਜਾਂ ਭਾਵੇਂ ਕਿ ਉਹ ਪ੍ਰੈਸ ਇਲੈਕਟ੍ਰੋਨਿਕ ਹੈ, ਮੈਂ ਸਮੁੱਚੇ ਤੌਰ 'ਤੇ ਸਾਰੇ ਹੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਆਪਣੀ ਸਭਾ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਰਿਣੀ ਹਾਂ ਜਿਨ੍ਹਾਂ ਨੇ ਕਿ ਬਹੁਤ ਵੱਡੀ ਕਵਰੇਜ ਇਹਨਾਂ ਸਾਰੇ ਸਮਾਗਮਾਂ 'ਚ ਦਿੱਤੀ ਹੈ। ਇੱਕ ਵਾਰੀ ਫਿਰ ਆਪ ਨੂੰ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।